ਪਰਵਲ ਬਾਬਾ ਸ਼ਾਹ ਜੀ ਮੈਦਾਨੇ ਖੈਰ ਵੱਲ ਤੁਹਾਡੀ ਜੱਦੇ ਅਮਜਦ ਤੁਰੇ ਤੁਹਾਡੀ ਜੱਦੇ ਅਮਜਦ ਤੁਰੇ ਮੈਦਾਨੇ ਖੈਬਰ ਵੱਲ ਨਾਲ ਨਾਲ ਸਰਕਾਰ ਦਾ ਨੌਕਰ ਵੀ ਟੁੱਟ ਪਿਆ ਲਓ ਵੀ ਆ ਫਿਕਰਾ ਮੇਰੇ ਵੱਲੋਂ ਵੇਖ ਕੇ ਸਦਕਾ ਪਾਕ ਮੁਸਤਫਾ ਦਾ ਮੇਰੇ ਵੱਲੋਂ ਵੇਖ ਕੇ ਸੁਣਨਾ ਸਭ ਨੇ ਸਰਕਾਰ ਤੁਰੇ ਨੇ ਮੈਦਾਨੇ ਖੈਬਰ ਵੱਲ ਨਾਲ ਨਾਲ ਸਰਕਾਰ ਦਾ ਨੌਕਰ ਵੀ ਟੁੱਟ ਪਿਆ ਮਗਰ ਮਗਰ ਮਰਹਬ ਨੇ ਬਾਰੀ ਖੋਲੀ ਮਰਹਬ ਜਿਹੜਾ ਸੀ ਨਾ ਕਾਫਰ ਉਹਨੇ ਮਰਹਬ ਨੇ ਬਾਰੀ ਖੋਲੀ ਉਸ ਆਖਿਆ ਮੁਹੰਮਦ ਦੇ ਅਵੀਰਾ ਮੁਹੰਮਦ ਦੇ ਫੌਜੀਆ ਤੂੰ ਜਾਣੇ ਕਿ ਮੈਂ ਆਵਾਂ ਹੈਦਰ ਕਰਾਰਾ ਨੇ ਓਏ ਦੁਸ਼ਮਣੇ ਮੁਸਤਫਾ ਤੇਰੇ ਤੇ ਅੱਲਾ ਦੀ ਲਾਨਤ ਹੋਵੇ ਮੈਂ ਜਾਣ ਵਾਲਾ ਨਹੀਂ ਹੂੰ ਮੈਂ ਆਉਣ ਵਾਲਾ ਹੂੰ ਜੇ ਹੁਣ ਤੈਨੂੰ ਆਪਣੀ ਜ਼ਿੰਦਗੀ ਦੀ ਲੋੜ ਹੈ ਤੇ ਮੇਰੇ ਆਖਾ ਦਾ ਕਲਮਾ ਪੜ ਲੈ ਉਸ ਆਖਿਆ ਕਲਮਾ ਮੈਂ ਨਹੀਂ ਪੜਨਾ ਮੈਂ ਕਰਨੀ ਤੇਰੇ ਨਾਲ ਜੰਗ ਤੇ ਕੋਲ ਸੀ ਸਰਕਾਰ ਦਾ ਨੌਕਰ ਨੌਕਰ ਉਹਦੋਂ ਨੌਕਰ ਉਹਦੇ ਲੋ ਵੇਖ ਕੇ ਆਂਦਾ ਓਏ ਇਹ ਕੀ ਆਖੀ ਜਦੋਂ ਮਾਲਕ ਸਿਰ ਤੇ ਹੋਣ ਤੇ ਫਿਰ ਛੋਟੇ ਛੋਟੇ ਖਾਦਮ ਵੀ ਸ਼ੇਰ ਹੋਏ ਹੁੰਦੇ ਨੇ ਜਦੋਂ ਮਾਲਕ ਸਿਰ ਤੇ ਹੋਣ ਤੇ ਫਿਰ ਛੋਟੇ ਛੋਟੇ ਖਾਦਮ ਵੀ ਸ਼ੇਰ ਹੋਏ ਹੁੰਦੇ ਨੇ ਜਦੋਂ ਮਾਲਕ ਸਿਰ ਤੇ ਹੋਣ ਤੇ ਫਿਰ ਜਿਹੜੇ ਨਿੱਕੇ ਨਿੱਕੇ ਖਾਦਮ ਨੇ ਨਾ ਉਹ ਵੀ ਸ਼ੇਰ ਹੋਏ ਹੁੰਦੇ ਨੇ ਬਾਬਾ ਸ਼ਾਹ ਜੀ ਉਹ ਸਰਕਾਰ ਦਾ ਨੌਕਰ ਨੂੰ ਆਉਂਦਾ ਹੋਏ ਮਰਹਬ ਏਡਾ ਜਵਾਨ ਸੀ ਬੜਾ ਬੇਮਰਾਦ ਸੀ ਕਾਫਰਾਂ ਦਾ ਉਹ ਚੋਟੀ ਦਾ ਆਦਮੀ ਸੀ ਉਹ ਸਰਕਾਰ ਦਾ ਨੌਕਰਾਂ ਨੂੰ ਆਉਂਦਾ ਹੋਏ ਤੈਨੂੰ ਜੰਗ ਦਾ ਬੜਾ ਸ਼ੌਕ ਹੈ ਤੈਨੂੰ ਜੰਗ ਦਾ ਬੜਾ ਸ਼ੌਕ ਹੈ ਪਰ ਮਰਹਬ ਤੂੰ ਸੁਣ ਲੈ ਤੈਨੂੰ ਜੰਗ ਦਾ ਬੜਾ ਸ਼ੌਕ ਹੈ ਪਰ ਮਰਹਬ ਤੂੰ ਸੋਏ ਤੇਰੇ ਖੈਬਰ ਤੋਂ ਪਹਾਰਾ ਤੇਰੇ ਖੈਬਰ ਤੋਂ ਪਹਾਰਾ ਮੇਰੇ ਪੀਰ ਦਾ ਨਾਰਾ ਏ ਤੇਰੇ ਖੈਬਰ ਤੋਂ ਪਹਾਰਾ ਮੇਰੇ ਪੀਰ ਦਾ ਨਾਰਾ ਏ ਤੇਰੇ ਖੈਬਰ ਤੋਂ ਪਹਾਰਾ ਤਾਰੀਖ ਦੇ ਫਿਕਰ ਸੁਣਾ ਰਿਹਾ ਖੈਬਰ ਦਾ ਏਡਾ ਵੱਡਾ ਬੂਹਾ ਸੀ ਜਿਹਨੂੰ 70 ਬੰਦੇ ਮਿਲ ਕੇ ਖੋਲਦੇ ਸਨ ਤੇ 70 ਬੰਦੇ ਮਿਲ ਕੇ ਬੰਦ ਕਰਦੇ ਸਨ ਸੈਯਦਾਂ ਦੇ ਪਿਓ ਨੇ ਬਲੀਆਂ ਦੇ ਸ਼ਹਿਨਸ਼ਾਹ ਨੇ ਇੱਕ ਉਂਗਲ ਪਾ ਕੇ ਇਹਦਾ ਪੁਆ ਕੇ ਸੁੱਟਿਆ ਨਾ ਸ਼ੀਆਂ ਨੂੰ ਮਿਲਿਆ ਨਾ ਸੁਨੀਆਂ ਨੂੰ ਮਿਲਿਆ ਬੂਹਾ ਅੱਜ ਤੱਕ ਤਾਰੀਖ ਆਂਦੀ ਇਹ ਪਤਾ ਹੀ ਨਹੀਂ ਡਿੱਗਾ ਕਿੱਥੇ ਵੇ ਖੈਬਰ ਦੀ ਕੁੰਡੀ ਦੇ ਵਿੱਚ ਗਾਜ਼ੀ ਦੇ ਬਾਬੇ ਹੱਥ ਪਾਇਆ ਹੱਥ ਪਾਵਣ ਦੀ ਦੇਰ ਹੋਈ ਇੱਕ ਉਂਗਲੀ ਜਲਵਾ ਦਿਖਲਾਇਆ ਬੁਨਿਆਦ ਤੋਂ ਲੈ ਕੇ ਬਾਮ ਤੋੜੀ ਪਿਆ ਖੈਬਰ ਕਹਿੰਦੀ ਅਲੀ ਸਾਰੇ
आखो अली अली दुश्मन मुस्तफा तेरे ते वार हो गया कदम ते हिला उन्हें कदम हिलाया अद्दा अद्दा इधर जा पिया अद्दा इधर जा पिया ते सहाबा नबी पाक दे आशका ने वेख्या नबी पाक दे आशका ने वेख्या मर हम तो मर दिया ते डिग दिया ते आपस सारे सहाबा ने होए उन सारे खोली अली